ਤੇ ਫਾਈਨਲੀ ਅੱਜ ਹਨੀ ਸਿੰਘ ਦਾ ਕਾਲਾ ਸਟਾਰ ਗਾਣਾ ਰਿਲੀਜ਼ ਹੋ ਗਿਆ ਤੇ ਗਾਣੇ ਨੇ ਸਾਰੇ ਪਲੇਟਫਾਰਮਸ ਤੇ ਵੀ ਕਾਫੀ ਤਬਾਹੀ ਮਚਾਈ। ਸਭ ਤੋਂ ਪਹਿਲਾਂ ਗਾਣਾ ਕਿੱਦਾਂ ਲੱਗਿਆ ਤੇ ਗਾਣੇ ਦੇ ਲਿਰਿਕਸ ਵੀ ਕੈਂਟ ਲੱਗੇ, ਮਿਊਜ਼ਿਕ ਵੀ ਕੈਂਟ ਸੀ ਤੇ ਵੀਡੀਓ ਵੀ, ਪਰ ਮੇਰੇ ਅਕੋਰਡਿੰਗਲੀ ਮੈਨੂੰ ਦੇਸੀ ਕਲਾਕਾਰ ਦੇ ਕੰਪੈਰੀਟਿਵਲੀ ਕਾਲਾ ਸਟਾਰ ਜ਼ਿਆਦਾ ਵਧੀਆ ਨਹੀਂ ਲੱਗਿਆ, ਕਿਉਂਕਿ ਦੇਸੀ ਕਲਾਕਾਰ ਦਾ ਐਰਾ ਅਲੱਗ, ਉਹ ਟਾਈਮ ਅਲੱਗ ਸੀ ਤੇ ਹੁਣ ਦੀ ਜਨਰੇਸ਼ਨ ਤੇ ਮਿਊਜ਼ਿਕ ਦੇ ਟੇਸਟ ਦੇ ਹਿਸਾਬ ਨਾਲ ਹਨੀ ਸਿੰਘ ਨੇ ਗਾਣਾ ਰਿਲੀਜ਼ ਕੀਤਾ ਜੋ ਕਿ ਦੇਸੀ ਕਲਾਕਾਰ ਵਰਗਾ ਥੋੜ੍ਹਾ ਬਹੁਤ ਰਿਲੇਟ ਕਰਦਾ ਸੀ। ਬਸ ਜਿਹੜੀ ਵੋਇਸ ਹਨੀ ਸਿੰਘ ਦੀ ਦੇਸੀ ਕਲਾਕਾਰ 'ਚ ਸੀ ਉਹ ਇਸ ਗਾਣੇ ਵਿੱਚ ਫੀਲ ਨਹੀਂ ਹੋ ਰਹੀ, ਕਿਉਂਕਿ ਟਾਈਮ ਦੇ ਨਾਲ ਨਾਲ ਸਭ ਚੇਂਜ ਹੋ ਰਿਹਾ, ਚਾਹੇ ਉਹ ਹਨੀ ਸਿੰਘ ਦਾ ਵੇ ਆਫ ਸਿੰਗਿੰਗ ਹੋਵੇ, ਮਿਊਜ਼ਿਕ ਹੋਵੇ ਜਾਂ ਲਿਰਿਕਸ ਹੋਵੇ। ਬਾਕੀ ਓਵਰਆਲ ਗਾਣੇ ਤੇ ਉਹਦੇ ਲਿਰਿਕਸ ਬਹੁਤ ਕੈਂਟ ਆ, ਨੋ ਡਾਊਟ। ਹੁਣ ਗੱਲ ਕਰੀਏ ਗਾਣੇ ਦੀ ਅਚੀਵਮੈਂਟਸ ਦੀ, ਤੇ ਕਲਾ ਸਟਾਰ ਨੇ 19 ਮਿੰਟ ਦੇ ਅੰਦਰ ਹੀ 1 ਮਿਲੀਅਨ ਵਿਊਜ਼ ਤੇ 2 ਲੱਖ ਤੋਂ ਉੱਪਰ ਲਾਈਕਸ ਸਿਰਫ 10 ਮਿੰਟ 'ਚ ਹੀ ਕੰਪਲੀਟ ਕਰ ਲਈ। ਹੁਣ ਗਾਣੇ ਨੂੰ ਆਏ ਪੂਰੇ 5 ਘੰਟੇ ਹੋ ਗਏ ਨੇ, ਜਿਹਦੇ ਵਿੱਚ ਗਾਣੇ ਦੇ 13 ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਤੇ 3.4 ਮਿਲੀਅਨ ਲਾਈਕਸ ਤੇ 40,000 ਤੋਂ ਵੀ ਜ਼ਿਆਦਾ ਕਮੈਂਟਸ ਨੇ। ਇਸ ਦੇ ਨਾਲ ਨਾਲ ਹਨੀ ਸਿੰਘ 2nd ਇੰਡੀਅਨ ਆਰਟਿਸਟ ਬਣ ਗਿਆ ਜੋ ਕਿ ਸਪੋਟੀਫਾਈ ਦੇ ਟੌਪ 500 ਆਰਟਿਸਟ ਵਿੱਚ ਆ ਗਏ ਨੇ, ਉਹ ਵੀ 497 ਰੈਂਕ ਦੇ ਨਾਲ। ਦੇਸੀ ਕਲਾਕਾਰ ਤੋਂ ਬਾਅਦ ਕਲਾ ਸਟਾਰ ਤੇ ਹੁਣ ਇਸ ਦਾ 3rd ਪਾਰਟ ਵੀ ਆਏਗਾ ਜੋ ਕਿ ਹਨੀ ਸਿੰਘ ਨੇ ਖੁਦ ਵੀਡੀਓ ਦੇ ਐਂਡ ਵਿੱਚ ਦੱਸਿਆ। ਹੁਣ ਕਮਬੈਕ ਦੀ ਗੱਲ ਕਰੀਏ ਤਾਂ ਉਹ ਤਾਂ ਹੋ ਹੀ ਗਿਆ ਹੈ, ਐਂਡ ਬਾਕੀ ਆਉਣ ਵਾਲੀ ਹਨੀ ਸਿੰਘ ਦੀ ਐਲਬਮ ਤੇ ਕਲਾ ਸਟਾਰ ਸੌਂਗ ਵੀ ਕਾਫੀ ਹੋਰ ਰਿਕਾਰਡ ਵੀ ਬਣਾਉਣਗੇ। ਓਵਰਆਲ ਹਨੀ ਸਿੰਘ ਦੀ ਹਾਈ ਪਿਛਲੇ ਸਾਲਾਂ ਤੋਂ ਵੀ ਕੁਝ ਜ਼ਿਆਦਾ ਵੱਧ ਗਈ ਹੈ, ਜਿਹਦੇ ਨਾਲ ਹੁਣ ਕੁਝ ਦੇਰ ਤੱਕ ਤਾਂ ਹਨੀ ਸਿੰਘ ਦੇ ਸਾਰੇ ਗਾਣੇ ਐਲਬਮ ਹਿੱਟ ਹੀ ਜਾਣਗੀਆਂ। ਬਾਕੀ ਕੌਣ ਮੇਰੀ ਗੱਲ ਨਾਲ ਐਗਰੀ ਕਰਦਾ ਤੇ ਕਿਹਨੂੰ ਗਾਣਾ ਪਸੰਦ ਆਇਆ ਕਮੈਂਟ 'ਚ ਜ਼ਰੂਰ ਦੱਸਿਓ, ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਮਾਰ ਲਓ।